ਆਪਣੇ ਹੀ ਬੱਚੇ ਨੂੰ ਚੱਕ ਕੇ ਭੱਜਿਆ ਪਿਤਾ, ਪਿੱਛੇ ਮਹਿਲਾ ਰਹਿ ਗਈ ਚੀਕਾਂ ਮਾਰਦੀ। ਦੱਸਦੇ ਕਿ ਇੱਕ ਪਿਤਾ ਆਪਣਾ ਹੀ ਬੱਚਾ ਚੱਕ ਕੇ ਭੱਜ ਗਿਆ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਬੱਚਾ ਚੱਕ ਕੇ ਭੱਜ ਰਿਹਾ ਤੇ ਪਿੱਛੇ ਇੱਕ ਮਹਿਲਾ ਚੀਕਾਂ ਮਾਰਦੀ ਰਹਿ ਗਈ ਕਿ ਮੇਰਾ ਬੱਚਾ ਚੱਕ ਕੇ ਭੱਜ ਗਏ। ਗਲੀ ਦੇ ਵਿੱਚ ਕਈ ਗੁਆਂਢੀ ਵੀ ਖੜੇ ਹੁੰਦੇ ਨੇ, ਪਰ ਉਹ ਸਾਰੇ ਦੇਖਦੇ ਹੀ ਰਹਿ ਜਾਂਦੇ ਨੇ, ਕੋਈ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ। ਵੀਡੀਓ ਦੇ ਵਿੱਚ ਉਸ ਨਾਲ 3 ਨੌਜਵਾਨ ਹੋਰ ਵੀ ਨਜ਼ਰ ਆ ਰਹੇ ਨੇ ਜੋ ਬੱਚਾ ਚੱਕ ਕੇ ਉਸ ਦੇ ਨਾਲ ਭੱਜ ਗਏ। ਦੱਸਦੇ ਕਿ ਪੂਰਾ ਮਾਮਲਾ ਪਟਿਆਲਾ ਦਾ ਦੱਸਿਆ ਜਾ ਰਿਹਾ, ਜਿੱਥੇ ਇੱਕ ਬੱਚੇ ਨੂੰ 4 ਨੌਜਵਾਨ ਚੱਕ ਕੇ ਭੱਜਦੇ ਨੇ ਤੇ ਇਹ ਪੂਰਾ ਮਾਮਲਾ 21 ਦਸੰਬਰ ਦਾ ਦੱਸਿਆ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰਕ ਝਗੜਾ ਸੀ, ਜਿਸ ਦੇ ਚੱਲਦੇ ਇਹ ਨੌਜਵਾਨ ਆਪਣਾ ਬੱਚਾ ਚੱਕ ਕੇ ਭੱਜ ਜਾਂਦਾ। ਦੱਸਦੀ ਕਿ ਇਹ ਬੱਚਾ ਆਪਣੇ ਨਾਨਕੇ ਰਹਿੰਦਾ ਸੀ, ਜਿਸ ਤੋਂ ਬਾਅਦ ਇਸਦਾ ਪਿਤਾ ਇਸ ਨੂੰ ਚੱਕ ਕੇ ਲੈ ਜਾਂਦਾ। ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਦੀ ਪਤਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਬੱਚਾ ਆਪਣੇ ਨਾਨਾ ਨਾਨੀ ਦੇ ਘਰ ਰਹਿੰਦਾ ਸੀ ਤੇ ਆਪਣੇ ਬੱਚੇ ਨੂੰ ਲਿਜਾਣ ਲਈ ਇਹ ਪਿਤਾ ਆਉਂਦਾ ਤੇ ਮੌਕੇ ਤੋਂ ਆਪਣਾ ਬੱਚਾ ਚੱਕ ਕੇ ਫਰਾਰ ਹੋ ਜਾਂਦਾ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਫਿਲਹਾਲ ਬੱਚੇ ਨੂੰ ਉਸਦੇ ਨਾਨਾ ਨਾਨੀ ਨੂੰ ਸੌਂਪ ਦਿੱਤਾ ਗਿਆ ਤੇ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ। ਤਾਂ ਦੱਸ ਦਈਏ ਕਿ ਇੱਕ ਪਿਤਾ ਵੱਲੋਂ ਆਪਣਾ ਬੱਚਾ ਚੱਕ ਲਿਆ ਗਿਆ, ਉਸਦੀ ਪਤਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਬੱਚਾ ਆਪਣੇ ਨਾਨਕੇ ਰਹਿ ਰਿਹਾ ਸੀ ਤੇ ਪਿਤਾ ਆਪਣੇ ਸਹੁਰੇ ਪਹੁੰਚਦਾ ਤੇ ਬੱਚਾ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ ਬੱਚੇ ਨੂੰ ਨਾਨਾ ਨਾਨੀ ਨੂੰ ਸੌਂਪ ਜਾਂਦਾ। ਪਰ ਇਸ ਸਾਰੀ ਘਟਨਾ ਦੇ ਵਿੱਚ CCTV ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸ਼ਰੇਆਮ ਇਹ ਬੱਚਾ ਚੱਕ ਕੇ ਭੱਜਦੇ ਨਜ਼ਰ ਆ ਰਹੇ ਨੇ। ਆਪਣੇ ਹੀ ਬੱਚੇ ਨੂੰ ਚੱਕ ਕੇ ਭੱਜਿਆ ਪਿਤਾ, ਪਿੱਛੇ ਮਹਿਲਾ ਰਹਿ ਗਈ ਚੀਕਾਂ ਮਾਰਦੀ। ਦੱਸਦੇ ਕਿ ਇੱਕ ਪਿਤਾ ਆਪਣਾ ਹੀ ਬੱਚਾ ਚੱਕ ਕੇ ਭੱਜ ਗਿਆ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਬੱਚਾ ਚੱਕ ਕੇ ਭੱਜ ਰਿਹਾ ਤੇ ਪਿੱਛੇ ਇੱਕ ਮਹਿਲਾ ਚੀਕਾਂ ਮਾਰਦੀ ਰਹਿ ਗਈ ਕਿ ਮੇਰਾ ਬੱਚਾ ਚੱਕ ਕੇ ਭੱਜ ਗਏ। ਗਲੀ ਦੇ ਵਿੱਚ ਕਈ ਗੁਆਂਢੀ ਵੀ ਖੜੇ ਹੁੰਦੇ ਨੇ, ਪਰ ਉਹ ਸਾਰੇ ਦੇਖਦੇ ਹੀ ਰਹਿ ਜਾਂਦੇ ਨੇ, ਕੋਈ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ। ਵੀਡੀਓ ਦੇ ਵਿੱਚ ਉਸ ਨਾਲ 3 ਨੌਜਵਾਨ ਹੋਰ ਵੀ ਨਜ਼ਰ ਆ ਰਹੇ ਨੇ ਜੋ ਬੱਚਾ ਚੱਕ ਕੇ ਉਸਦੇ ਨਾਲ ਭੱਜ ਗਏ। ਦੱਸਦੇ ਕਿ ਪੂਰਾ ਮਾਮਲਾ ਪਟਿਆਲਾ ਦਾ ਦੱਸਿਆ ਜਾ ਰਿਹਾ, ਜਿੱਥੇ ਇੱਕ ਬੱਚੇ ਨੂੰ 4 ਨੌਜਵਾਨ ਚੱਕ ਕੇ ਭੱਜਦੇ ਨੇ ਤੇ ਇਹ ਪੂਰਾ ਮਾਮਲਾ 21 ਦਸੰਬਰ ਦਾ ਦੱਸਿਆ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰਕ ਝਗੜਾ ਸੀ, ਜਿਸ ਦੇ ਚੱਲਦੇ ਇਹ ਨੌਜਵਾਨ ਆਪਣਾ ਬੱਚਾ ਚੱਕ ਕੇ ਭੱਜ ਜਾਂਦਾ। ਦੱਸਦੀ ਕਿ ਇਹ ਬੱਚਾ ਆਪਣੇ ਨਾਨਕੇ ਰਹਿੰਦਾ ਸੀ, ਜਿਸ ਤੋਂ ਬਾਅਦ ਇਸਦਾ ਪਿਤਾ ਇਸ ਨੂੰ ਚੱਕ ਕੇ ਲੈ ਜਾਂਦਾ। ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਦੀ ਪਤਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਬੱਚਾ ਆਪਣੇ ਨਾਨਾ ਨਾਨੀ ਦੇ ਘਰ ਰਹਿੰਦਾ ਸੀ ਤੇ ਆਪਣੇ ਬੱਚੇ ਨੂੰ ਲਿਜਾਣ ਲਈ ਇਹ ਪਿਤਾ ਆਉਂਦਾ ਤੇ ਮੌਕੇ ਤੋਂ ਆਪਣਾ ਬੱਚਾ ਚੱਕ ਕੇ ਫਰਾਰ ਹੋ ਜਾਂਦਾ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਫਿਲਹਾਲ ਬੱਚੇ ਨੂੰ ਉਸਦੇ ਨਾਨਾ ਨਾਨੀ ਨੂੰ ਸੌਂਪ ਦਿੱਤਾ ਗਿਆ ਤੇ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ। ਤਾਂ ਦੱਸ ਦਈਏ ਕਿ ਇੱਕ ਪਿਤਾ ਵੱਲੋਂ ਆਪਣਾ ਬੱਚਾ ਚੱਕ ਲਿਆ ਗਿਆ, ਉਸਦੀ ਪਤਨੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਬੱਚਾ ਆਪਣੇ ਨਾਨਕੇ ਰਹਿ ਰਿਹਾ ਸੀ ਤੇ ਪਿਤਾ ਆਪਣੇ ਸਹੁਰੇ ਪਹੁੰਚਦਾ ਤੇ ਬੱਚਾ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ ਬੱਚੇ ਨੂੰ ਨਾਨਾ ਨਾਨੀ ਨੂੰ ਸੌਂਪ ਜਾਂਦਾ। ਪਰ ਇਸ ਸਾਰੀ ਘਟਨਾ ਦੇ ਵਿੱਚ CCTV ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸ਼ਰੇਆਮ ਇਹ ਬੱਚਾ ਚੱਕ ਕੇ ਭੱਜਦੇ ਨਜ਼ਰ ਆ ਰਹੇ ਨੇ। Thank you.